ਮੋਗਾ ਦੇ ਨੇੜਲੇ ਪਿੰਡ ਰੋਲੀ ਦੇ ਲੋਕਾਂ ਵੱਲੋਂ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਲੈ ਕੇ ਮੀਡੀਆ ਰਾਹੀਂ ਪਿੰਡ ਰੋਲੀ ਦੇ ਵਿੱਚ 17 ਸਾਲ ਪਹਿਲਾਂ ਬਣੇ ਵਾਟਰ ਵਰਕਰਸ ਦੇ ਇੱਕ ਵਾਰ ਦੀ ਸਫਾਈ ਨਾ ਹੋਣ ਦੇ ਥਾਂ ਥਾਂ ਤੇ ਪਾਈਪਾਂ ਲੀਕ ਹੋਣ ਦੀ ਖਬਰ ਪ੍ਰਕਾਸ਼ਿਤ ਕਰਵਾਈ ਗਈ ਸੀ। ਹੁਣ ਇਸ ਪ੍ਰਕਾਸ਼ਿਤ ਹੋਈ ਖਬਰ ਦਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਸੈਨੀਟੇਸ਼ਨ ਵਿਭਾਗ ਨੇ ਇਸ ਵਾਟਰ ਵਰਕਰਸ ਦੇ ਪਹੁੰਚ ਕੇ ਇਸ ਟੈਂਕੀ ਦੀ ਸਫਾਈ ਨੂੰ ਜਲਦ ਕਰਵਾਉਣ ਅਤੇ ਪਿੰਡ ਦੇ ਲੋਕਾਂ ਨੂੰ 10 ਘੰਟੇ ਨਿਰਵਿਘਨ ਪਾਣੀ ਦੀ ਸਪਲਾਈ ਦੇਣ ਦਾ ਭਰੋਸਾ ਦਿੱਤਾ। ਪਿੰਡ ਰੋਲੀ ਦੇ ਵਾਟਰ ਵਰਕਰਸ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਰਦਾਰ ਹਰਪਾਲ ਸਿੰਘ ਬਰਾੜ ਨੇ ਆਖਿਆ ਕਿ ਇਸ ਵਾਟਰ ਵਰਕਰਸ ਦੇ ਰੱਖ ਰਖਾਵ ਦੀ ਸਾਰੀ ਜ਼ਿੰਮੇਵਾਰੀ ਇਸ ਟੈਂਕੀ ਨੂੰ ਚਲਾਉਣ ਵਾਲੀ ਕਮੇਟੀ ਦੀ ਹੈ। ਉਹਨਾਂ ਵੀ ਆਖਿਆ ਕਿ ਮਹਿਕਮੇ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ। ਅਸੀਂ ਵੱਧ ਤੋਂ ਵੱਧ ਉਹ 'ਚ ਵੀ ਅਸੀਂ ਨਾਲ ਕਰਾਵਾਂਗੇ ਔਰ ਨਾਲ ਜਿਹੜੀ ਜਿਵੇਂ ਟੈਂਕੀ ਦੀ ਸਫਾਈ ਹੈ ਉਹ ਮੈਂ SO ਸਾਹਿਬ ਨਾਲ ਗੱਲ ਕੀਤੀ ਹੈ, ਬੰਦਾ ਲਿਆ ਕੇ ਉਹਨੂੰ ਸ਼ੁਰੂ ਕਰਨ ਲੱਗੇ ਹਾਂ ਅਸੀਂ। ਔਰ ਪਿੰਡ ਦੇ ਵਿੱਚ ਜੋ ਪਾਣੀ ਦੀ ਵੇਸਟੇਜ ਹੈ, ਜੋ ਟੂਟੀਆਂ ਲਾਉਣ ਵਾਲੀਆਂ, ਸਾਡੀ ਟੀਮ ਇਸ ਪਿੰਡ 'ਚ ਕੰਮ ਕਰਨਾ ਸ਼ੁਰੂ